हाँ जी, जिवें कि तुसीं देख सकते हो कि असीं दिल्ली पहुँच चुके हाँ। तो दिल्ली के विच तुसीं वेख सकते हो किवें अजे रोस प्रदर्शन लगातार जारी है। कई थावां ते तां चक्का जाम भी बहुत बुरे तरीके दे नाल हो चुकिया होया है। लोगों का प्रदर्शन घट नहीं रहा, यह लगातार वाधा ही जा रहा। सो आओ असीं गलबात करते इत्थे कुंडली बॉर्डर ते खड़े किसानों के बारे में। जिवें तुसीं वेख सकते हो इत्थे पानी की भी फ्री सेवा जारी है। हाँ जी, सत श्री अकाल जी। सत श्री अकाल, की नाम है तुहाडा? ਮੇਰਾ ਜੀ ਗੁਰਬਚਨ ਸਿੰਘ ਸਹਾਵਾਲ। ਗੁਰਬਚਨ ਸਿੰਘ ਸਹਾਵਾਲ, ਕਿੱਥੋਂ ਆਏ ਹੋ ਤੁਸੀਂ ਜੀ? ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ। ਇਹ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ, ਕਦੋਂ ਤੋਂ ਸੇਵਾ ਕਰ ਰਹੇ ਹੋ ਤੁਸੀਂ? ਸਾਡੇ ਜਹਿਦਰ ਸਾਹਿਬ ਸਤਿਕਾਰਯੋਗ ਭਾਈ ਸਾਹਿਬ, ਭਾਈ ਨਰਿੰਦਰ ਸਿੰਘ ਵਾੜਾ ਸਾਹਿਬ, ਹਾਂਜੀ, ਇੱਥੇ 8 ਤਰੀਕ ਦੇ ਆਏ ਹੋਏ ਨੇ, ਟਰਾਲੀਆਂ ਲੈ ਕੇ, ਰਾਸ਼ਨ ਪਾਣੀ ਲੈ ਕੇ, ਆ ਪਾਣੀ ਲੈ ਕੇ ਜੀ। ਅਸੀਂ ਕੱਲ ਆਏ ਸੀਗੇ ਅਸੀਂ। ਜਿਵੇਂ ਕਿ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦੀ ਹਾਂ ਕਿ ਸੁਪਰੀਮ ਕੋਰਟ ਨੇ ਆਪਣਾ ਕਿਹਾ ਹੈ ਕਿ ਕਿਸਾਨ ਅਤੇ ਸਰਕਾਰ ਦੇ ਵਿਚਾਰ ਇੱਕ ਕਮੇਟੀ ਬੈਠੇ ਦੋਵਾਂ ਦੇ ਵਿਚਕਾਰ, ਤਾਂ ਜੋ ਇਹ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਕਿਤੇ ਨਾ ਕਿਤੇ ਇੱਕ ਨਵਾਂ ਮੋੜ ਆਵੇ, ਇਹਦਾ ਕੋਈ ਫੈਸਲਾ ਆਵੇ। ਸੋ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਹੈ? ਦੇਖੋ ਜੀ, ਸਰਕਾਰ ਜਿਹੜੀ ਨੇ ਚਾਲਾਂ ਖੇਡ ਲਈ ਕਿਸਾਨਾਂ ਦੇ ਨਾਲ, ਸਾਡੇ ਭੋਲੇ ਭਾਲੇ ਕਿਸਾਨਾਂ ਦੇ ਨਾਲ, ਜਦ ਹੁਣ ਇਹੋ ਜਿਹੀ ਮਤਲਬ ਇਹ ਕਰ ਰਹੇ, ਮਤਲਬ ਆਪਣੇ ਹਰਕਤਾਂ, ਇਹ ਕਾਨੂੰਨ ਬਣਾਉਂਦੇ ਨਾ, ਜਿਹੜੀ ਚੀਜ਼ ਕਿਸੇ ਮਤਲਬ ਬੰਦੇ ਨੂੰ ਪਸੰਦ ਹੀ ਨਹੀਂ, ਉਹ ਕਿਉਂ ਠੋਸੀ ਜਾ ਰਹੀ ਉਹਦੇ ਉੱਤੇ ਜੀ? ਕਾਨੂੰਨ ਪਸੰਦ ਹੀ ਨਹੀਂ ਅਤੇ ਵਾਪਸ ਕਰ ਲੈਂਦਾ? ਇੰਨੇ ਸਾਲਾਂ ਦੇਸ਼ ਚੱਲ ਰਿਹਾ, ਇੰਨਾ ਸੋਹਣਾ ਤਰੱਕੀ ਕੀਤੀ ਹਿੰਦੁਸਤਾਨ ਨੇ ਬਹੁਤ ਜ਼ਿਆਦਾ, ਆ ਹੁਣ ਕਾਨੂੰਨ ਬਣਾ ਕੇ ਕਿਉਂ? ਬਹੁਤ ਜ਼ਿਆਦਾ ਤਰੱਕੀ ਕਰਕੇ ਸ਼ੋਗਾ ਨੇ ਕਿਤਨੀ ਦੁਨੀਆ ਦੁਖੀ ਆ ਜੀ। ਆ ਦੇਖੋ ਨਾ, ਪਿੱਛੇ ਭਾਰਤ ਬੰਦ ਹੋਇਆ, ਪੰਜਾਬ ਬੰਦ ਹੋਇਆ, ਇਹ ਨੁਕਸਾਨ ਕਿਹਦਾ? ਅਸੀਂ ਨਹੀਂ ਚਾਹੁੰਦੇ ਸਾਡੇ ਦੇਸ਼ ਦਾ, ਸਾਡੇ ਪੰਜਾਬ ਦਾ ਕਿਸੇ ਨੁਕਸਾਨ ਹੋਵੇ। ਅਤੇ ਇਹ ਕਾਲੇ ਕਾਨੂੰਨ ਹੈ, ਇਹਨੂੰ ਵਾਪਸ ਲੈਣੇ ਚਾਹੀਦੇ ਮੋਦੀ ਮੋਦੀ। ਇਤਨੇ ਮਤਲਬ ਤੰਗ ਕੀਤਾ ਲੋਕਾਂ ਨੂੰ, ਕਿਹਦਾ ਪਰੇਸ਼ਾਨ ਕੀਤਾ? ਦੇਖੋ ਨਾ, ਕਾਲੇ ਹੈ, ਬਲੈਕ ਬਲੈਕ ਹੈ, ਬਲੈਕ ਔਰ ਇਸਨੇ ਮੋਦੀ ਨੇ ਮਾਨਣਾ ਪੜੇਗਾ, ਇਸਕੀ ਮਾਂ ਵੀ ਮਾਨੇਗੀ। ਔਰ ਬੋਲੋ, ਇਹ ਤਰੀਕਾ ਅੱਛਾ ਨਹੀਂ ਹੈ। ਅਸੀਂ ਤਾਂ ਕਹਿੰਦੇ ਹਾਂ ਵੀ ਰਿਕੁਐਸਟ ਕਰਦੇ ਹਾਂ ਵੀ ਸੁੱਖ ਸ਼ਾਂਤੀ ਨਾਲ ਇਹਨੂੰ ਮਸਲਾ ਹੱਲ ਕਰੋ। ਆਲਮ ਜਿੱਦਾਂ ਸੰਘਰਸ਼ ਹੋਰ ਜ਼ੋਰ ਤੇਜ਼ੀ ਫੜ ਰਿਹਾ, ਇਹ ਹਾਲਾਤ ਵਿਗੜ ਸਕਦੇ ਆ। ਅਸੀਂ ਉਹਨੂੰ ਇਹ ਰਿਕੁਐਸਟ ਨਹੀਂ ਬੋਲੋ ਯਾਰ, ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹ ਮਤਲਬ ਸੁੱਖ ਸ਼ਾਂਤੀ ਨਾਲ ਇਹਨਾਂ ਨਿਪਟਾਰਾ ਕਰਾ ਦੇ, ਵਾਪਸ ਕਾਨੂੰਨ ਲੈ ਲੇ। ਅਤੇ ਦੇਖੋ ਨਾ ਤੁਸੀਂ, ਇਹਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਸਕਦੇ ਨੇ। ਦੇਖੋ ਸਾਡੇ ਮਤਲਬ ਕਿਸਾਨ ਵੀਰ, ਸਾਡੇ ਜੱਟ ਭਰਾ, ਇਹ ਹੁਣ ਬਣ ਗਿਆ ਮਸਲਾ ਇਕੱਲੇ ਕਿਸਾਨਾਂ ਦਾ ਨਹੀਂ, ਇਹ ਪੂਰੇ ਸਮਾਜ ਦਾ ਬਣ ਗਿਆ ਜੀ। ਬਿਲਕੁਲ, ਪੂਰੇ ਸਮਾਜ ਦਾ ਮਸਲਾ ਬਣ ਚੁੱਕਿਆ ਆ ਗਿਆ ਨਾਲ, ਯੂਪੀ ਕਿਸਾਨ ਆ ਗਿਆ, ਪੂਰਾ ਹਿੰਦੁਸਤਾਨ ਦਾ ਕਿਸਾਨ ਔਰ ਜੋ ਮਜ਼ਦੂਰ ਹੈ ਇਹ ਮਿਲ ਗਏ ਹੈ ਜੀ। ਅਭੀ ਮੋਦੀ ਕੋ ਇਹ ਨੱਥ ਪਾਏਗੇ।